ਜਿਵੇਂ ਕਿ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਸੀ ਕਿ ਸਟੂਡੈਂਟਸ ਵਾਸਤੇ 17 ਜੂਨ ਤੋਂ ਵੈਬ ਫੋਰਮ ਖੋਲ੍ਹ ਦਿੱਤੇ ਗਏ ਕਿ ਉਹ ਬਾਇਓਮੈਟ੍ਰਿਕ ਦੇ ਵਾਸਤੇ ਬੁਕਿੰਗ ਕਰਵਾ ਸਕਦੇ ਨੇ ਤੇ ਸੀਮਤ ਸਰਵਿਸ ਵੀਜ਼ਾ ਅਪਲੀਕੇਸ਼ਨ ਸੈਂਟਰਸ ਦੇ ਵੱਲੋਂ ਜੂਨ 21 ਤੋਂ ਸ਼ੁਰੂ ਕੀਤੀ ਜਾ ਰਹੀ ਹੈ ਕਿ ਉੱਥੇ ਬਾਇਓਮੈਟ੍ਰਿਕ ਹੋਣਗੇ ਜੋ ਸਿਰਫ ਅਜੇ ਸਟੂਡੈਂਟਸ ਦੇ ਵਾਸਤੇ ਹੈ ਤਾਂ ਨਾਲ ਹੀ ਵੀਜ਼ਾ ਅਪਲੀਕੇਸ਼ਨ ਸੈਂਟਰਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਟੂਡੈਂਟਸ ਨੂੰ ਬਾਇਓਮੈਟ੍ਰਿਕ ਇਨਸਟਰਕਸ਼ਨ ਲੈਟਰ ਮਿਲਿਆ ਹੋਇਆ ਹੈ ਉਹੋ ਹੀ ਵੈਬ ਫੋਰਮ ਭਰਨ ਤੇ ਉਹਨਾਂ ਦੀਆਂ ਅਪਾਇੰਟਮੈਂਟਸ ਬਣ ਰਹੀਆਂ ਨੇ ਪਰ ਉਹਨਾਂ ਦਾ ਕਹਿਣਾ ਇਸ ਅਜਿਹੇ ਵਿਅਕਤੀ ਭਰ ਰਹੇ ਨੇ ਜਿਨ੍ਹਾਂ ਨੇ ਸਟੂਡੈਂਟ ਵਾਸਤੇ ਐਪਲੀਕੇਸ਼ਨ ਨਹੀਂ ਲਗਾਈ ਹੋਈ ਸਗੋਂ ਕਿਸੇ ਹੋਰ ਵੀਜ਼ਾ ਵਾਸਤੇ ਐਪਲੀਕੇਸ਼ਨ ਲਗਾਈ ਹੋਈ ਸੀ ਤੇ ਜੇਕਰ ਉਹਨਾਂ ਕੋਲ ਜਿਏ ਲ ਵੀ ਮੌਜੂਦ ਸਨ ਫਿਰ ਵੀ ਹਜੇ ਉਹਨਾਂ ਦੇ ਵਾਸਤੇ ਅਪਾਇੰਟਮੈਂਟਸ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਤੁਸੀਂ ਕਰਦੇ ਹੋ ਤਾਂ ਇਸ ਸਮੇਂ ਸਟੂਡੈਂਟਸ ਵਾਸਤੇ ਵੀ ਜਿਹੜੀ ਬਾਇਓਮੈਟ੍ਰਿਕ ਦੀ ਸਰਵਿਸ ਚੱਲ ਰਹੀ ਹੈ ਉਸ ਤੇ ਉੱਤੇ ਵੀ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਜੇਕਰ ਜਿਹੜੇ ਸਟੂਡੈਂਟ ਵੀਜ਼ਾ ਦੇ ਵਾਸਤੇ ਅਪਲਾਈ ਨਹੀਂ ਕਰ ਰਹੇ ਉਹਨਾਂ ਦੇ ਵੱਲੋਂ ਵੈਬ ਫਾਰਮ ਭਰ ਕੇ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਬੁੱਕ ਕਰਨ ਦੇ ਵਾਸਤੇ ਅਪਲਾਈ ਕੀਤਾ ਜਾ ਰਿਹਾ ਹੈ ਤਾਂ ਇਸੇ ਲਈ ਵੀਜ਼ਾ ਅਪਲੀਕੇਸ਼ਨ ਸੈਂਟਰਸ ਦੇ ਵੱਲੋਂ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਸਮਾਂ ਲੱਗ ਰਿਹਾ ਹੈ ਕਿਉਂਕਿ ਉਹਨਾਂ ਨੇ ਚੋਣ ਸਿਰਫ ਉਹ ਵੀਜ਼ਾ ਦੇ ਵਾਸਤੇ ਕੈਨੇਡਾ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਬਣਾਈ ਜਾ ਰਹੀ ਹੈ। ਬਾਕੀਆਂ ਦੇ ਵੱਲੋਂ ਵੀ ਜਦੋਂ ਵੈਬ ਫਾਰਮ ਭਰੇ ਜਾ ਰਹੇ ਨੇ ਤਾਂ ਕੰਮ ਦੇ ਵਿੱਚ ਦੇਰੀ ਹੋ ਰਹੀ ਹੈ ਜਿਸ ਦੇ ਨਾਲ ਵੀਜ਼ਾ ਅਪਲੀਕੇਸ਼ਨ ਸੈਂਟਰਸ ਤੇ ਕੰਮ ਦੇ ਉੱਤੇ ਵੀ ਪ੍ਰਭਾਵ ਪੈ ਰਿਹਾ ਹੈ। ਜਿਸ ਦੇ ਕਰਕੇ ਕੈਨੇਡਾ ਹਾਈ ਕਮਿਸ਼ਨ ਨੇ ਸਾਰਿਆਂ ਨੂੰ ਕਿਹਾ ਕਿ ਜੇਕਰ ਤੁਸੀਂ ਕੋਈ ਹੋਰ ਵੀਜ਼ਾ ਅਪਲਾਈ ਕੀਤਾ ਹੋਇਆ ਹੈ ਫਿਰ ਬੇਸ਼ੱਕ ਉਹ ਪੀਆਰ ਦੇ ਵਾਸਤੇ ਹੋਵੇ ਜਾਂ ਵਰਕ ਪਰਮਿਟ ਦੇ ਵਾਸਤੇ ਹੋਵੇ ਜਾਂ ਕੋਈ ਹੋਰ ਵੀਜ਼ਾ ਹੋਵੇ ਤਾਂ ਹਜੇ ਉਹਨਾਂ ਦੇ ਵਾਸਤੇ ਬਾਇਓਮੈਟ੍ਰਿਕ ਸਰਵਿਸ ਸ਼ੁਰੂ ਨਹੀਂ ਹੋਈ ਹੈ ਜਿਸ ਕਰਕੇ ਉਹ ਬਾਇਓਮੈਟ੍ਰਿਕ ਦੇ ਲਈ ਅਪਾਇੰਟਮੈਂਟ ਵ ਇਹ ਬਲੈਨ ਨਾਕਰਨ ਜਿਸ ਦੇ ਨਾਲ ਕੰਮ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ ਇਸ ਸਮੇਂ ਸਿਰਫ ਸਟੂਡੈਂਟ ਵੀਜ਼ਾ ਵਾਲਿਆਂ ਵਾਸਤੇ ਸਰਵਿਸ ਹੈ ਤੇ 21 ਜੂਨ ਤੋਂ ਉਹਨਾਂ ਦੇ ਲਈ ਸੀਮਤ ਤੌਰ ਦੇ ਉੱਤੇ ਵੀਜ਼ਾ ਅਪਲੀਕੇਸ਼ਨ ਸੈਂਟਰ ਖੁੱਲ ਰਹੇ ਨੇ ਜਿੱਥੇ ਜਾ ਕੇ ਉਹ ਬਾਇਓਮੈਟ੍ਰਿਕ ਦੇ ਸਕਦੇ ਨੇ ਪਰ ਉਸ ਦੇ ਲਈ ਪਹਿਲਾਂ ਅਪਾਇੰਟਮੈਂਟ ਬਣਾਉਣੀ ਜ਼ਰੂਰੀ ਹੈ ਬਿਨਾ ਅਪਾਇੰਟਮੈਂਟ ਤੋਂ ਕੋਈ ਵੀ ਵੀਜ਼ਾ ਅਪਲੀਕੇਸ਼ਨ ਸੈਂਟਰ ਦੇ ਵਿੱਚ ਨਹੀਂ ਜਾ ਸਕਦਾ